ਮਾਫ ਕਰਨਾ ਮੈਂ ਕਦੀ ਜਿਉਂ ਪੁੱਲੇ ਦੀ ਮੌਤ ਹੋਈ ਅਸੀਂ ਕਦੀ ਇਸ ਤਰ੍ਹਾਂ ਵੀਰਾਂ ਨੇ ਸ਼ਸਤਰ ਨਹੀਂ ਰੱਖੇ ਕਦੀ ਅੱਜ ਪਹਿਲਾ ਦਿਨ ਲੈਕਚਰ ਜਾਣੀ ਉਦੋਂ ਕਿ ਗੱਲ ਆਰ ਐਸ ਐਸ ਬਾਰੇ ਏਜੰਸੀਆਂ ਬਾਰੇ ਕਰ ਰਿਹਾ ਆ ਹਾਂਜੀ ਤੇ ਨਾਲ ਬੰਦੇ ਹੋਣੇ ਹਥਿਆਰਾਂ ਵਾਲੇ ਹਾਂਜੀ ਤੇ ਹੁਣ ਉਹ ਕਹਿ ਰਿਹਾ ਜਦੋਂ ਪੁੱਲੇ ਦੀ ਮੌਤ ਹੋਈ ਜਦੋਂ ਦੀ ਹਾਂਜੀ ਉਦੋਂ ਬਾਅਦ ਅਸੀਂ ਕਦੇ ਸ਼ਸਤਰ ਨਹੀਂ ਰੱਖੇ ਅੱਛਾ ਜੀ ਠੀਕ ਆ ਇਹ ਜਿਹੜਾ ਗਰੁੱਪ ਆ ਨਾ ਜਿਹੜੇ ਬੰਦੇ ਹੁਣ ਗੋਲਡੀ ਹੋਈ ਤਾਂ ਚਲੋ ਬੰਦੇ ਜਿੱਦਾਂ ਦੇ ਹੈਗੇ ਹੀ ਆ ਉਹ ਤਾਂ ਐਡੇ ਪਸ਼ੂ ਆ ਨਾ ਹਾਂਜੀ ਉਹਨਾਂ ਨੂੰ ਸਮਝੇ ਨਹੀਂ ਇਸ ਗੱਲ ਦੀ ਠੀਕ ਹੈ ਆਮ ਪੰਜਾਬੀ ਜਿਹੜੇ ਸਾਡੇ ਇਸੇ ਗੱਲ ਤੇ ਵਿਚਰਦੇ ਆ ਕਿ ਬੰਦਾ ਇੱਕ ਅੱਧੀ ਗੱਲ ਕਰ ਦੇਵੇ ਹਾਂਜੀ ਤੇ ਉਹਨੂੰ ਚੱਕ ਕੇ ਸਿਰ ਤੇ ਹਾਂਜੀ ਘੁੰਮਦੇ ਆ ਹਾਂਜੀ ਇਹ ਜਾਣੀ ਇੰਪਰੈਸ਼ਨ ਇਹ ਦੇ ਰਿਹਾ ਜਿਹੜਾ ਇਹ ਇਧਰੋਂ ਜਿਹੜਾ ਇੱਕ ਜਸਵਿੰਦਰ ਸਿੰਘ ਸ਼ਾਹ ਤੇ ਪੰਜ ਸੱਤ ਬੰਦਿਆਂ ਦਾ ਗਰੁੱਪ ਇਕੱਠੇ ਤਾਂ ਨਹੀਂ ਹੈਗੇ ਪਰ ਪਿੱਛੇ ਸਿੰਘ ਇਹਨਾਂ ਦੇ ਹੈਗੇ ਆ ਜਾਣੀ ਜਿਹੜੇ ਦੀਦੇ ਇਹਨਾਂ ਨੂੰ ਓਕੇ ਗਾਹੇ ਬਗਾਹੇ ਹੁੰਦੇ ਇਕੱਠੇ ਹੀ ਆ ਠੀਕ ਹੈ ਪਟੈਂਡ ਇਹ ਕਰਦੇ ਪਏ ਸੀ ਇਕੱਲੇ ਇਕੱਲੇ ਕੰਮ ਕਰਦੇ ਆ ਠੀਕ ਹੈ ਬਲਜੀਤ ਸਿੰਘ ਖਾਲਸਾ ਆ ਤਰਦੀਪ ਸਿੰਘ ਆ ਸੁਖਦੀਪ ਬਰਨਾਲਾ ਆ ਠੀਕ ਹੈ ਇਹ ਸਾਰੇ ਇਦਾਂ ਪ੍ਰਟੈਂਡ ਕਰਦੇ ਆ ਫਿਰ ਟਕਸਾਲ ਜਿਹੜੀ ਬਹੁਤ ਮਹਾਨ ਆ ਹਾਂਜੀ ਕੁਛ ਬੰਦਿਆਂ ਨੇ ਬਦਨਾਮ ਕੀਤੀ ਆ ਠੀਕ ਹੈ ਜੀ ਇਦਾਂ ਹਾਂਜੀ ਹੁਣ ਜਿਹੜੇ ਬੰਦਿਆਂ ਦੇ ਨਾਲ ਜਸਵਿੰਦਰ ਸਿੰਘ ਸ਼ਾਂਤ ਇੱਥੇ ਨਿਊਜ਼ੀਲੈਂਡ ਰਹਿ ਕੇ ਗਿਆ ਠੀਕ ਹੈ ਜੀ ਠੀਕ ਹੈ ਉਦਾਂ ਧੁੰਮੇ ਨੂੰ ਗਲਤ ਕਹਿੰਦਾ ਉਹ ਠੀਕ ਹੈ ਜੀ ਪਰ ਤੁਸੀਂ ਬਹੁਤ ਜਗ੍ਹਾ ਧੁੰਮੇ ਦੇ ਪੈਰਾਂ 'ਚ ਬੈਠਾ ਵੀ ਦੇਖ ਲਿਓ ਉਹਨੂੰ ਓਕੇ ਨਿਊਜ਼ੀਲੈਂਡ ਵਾਲਿਆਂ ਦੇ ਧੁੰਮੇ ਦੇ ਨਾਲ ਬੜੇ ਗੂੜੇ ਸੰਬੰਧ ਆ ਜਾਣੀ ਹਾਂਜੀ ਇਹ ਵੀ ਕਹੀ ਜਾਂਦੇ ਆ ਵੀ ਨਹੀਂ ਉਹ ਬੰਦਾ ਠੀਕ ਨਹੀਂ ਹੈਗਾ ਠੀਕ ਹੈ ਜੀ ਠੀਕ ਹੈ ਹਾਂਜੀ ਉਦਾਂ ਬਿਲਕੁਲ ਜਾ ਕੇ ਇੱਥੇ ਸਰਵਣ ਸਿੰਘ ਸਤਵੰਤ ਸਿੰਘ ਨੂੰ ਸਾਰੇ ਜਾਣਦੇ ਆ ਜੀ ਜਿਹਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਹਾਂਜੀ ਉਹ ਫਾਂਸੀ ਲੱਗੀ ਹਾਂਜੀ ਉਹਦੇ ਭਤੀਜੇ ਦੇ ਵਿਆਹ ਦੇ ਉੱਤੇ ਹਾਂਜੀ ਸੁਖਵੀਰ ਬਾਦਲ ਹਾਂਜੀ ਮਜੀਠੀਆ ਅੱਛਾ ਜੀ ਧੁੰਮਾ ਠੀਕ ਹੈ ਜੀ ਸਾਰੇ ਖੜੇ ਆ ਉੱਥੇ ਜਾ ਕੇ ਭਿੰਡਰਾਲੇ ਦਾ ਬੜਾ ਮੁੰਡਾ ਹਾਂਜੀ ਠੀਕ ਹੈ ਹੁਣ ਜਦੋਂ ਗੱਲ ਹੁੰਦੀ ਆ ਇਹ ਬੰਦੇ ਕਹਿੰਦੇ ਵੀ ਅਸੀਂ ਸ਼ਹੀਦਾਂ ਦੇ ਵਾਰਸੀ ਆ ਉਹ ਟੈਂਪੂ ਆ ਧੁੰਮਾ ਟੈਂਪੂ ਆ ਹਾਂਜੀ ਜਦੋਂ ਟਾਈਮ ਆਉਂਦਾ ਆ ਫਿਰ ਉੱਤੇ ਅੰਦਰੋਂ ਸਾਰੇ ਇਕੱਠੇ ਆ ਠੀਕ ਹੈ ਜੀ ਠੀਕ ਹੈ ਇਹ ਸਿਰਫ ਗੇਮ ਖੇਡੀ ਜਾ ਰਹੀ ਆ ਠੀਕ ਹੈ ਜੀ ਤੇ ਇੰਨਾ ਕਹਿਣਾ ਪੈਣਾ ਸਾਨੂੰ ਹਾਂਜੀ ਠੀਕ ਹੈ ਇੱਕ ਡੀਲ ਆ ਇਹਨਾਂ ਦੀ ਠੀਕ ਹੈ ਜੀ ਇਹ ਬੰਦੇ ਇਦਾਂ ਹੁੰਦੇ ਆ ਜਦੋਂ ਉਹਦੇ ਕੋਲ ਧੁੰਮੇ ਕੋ ਜਾਣਾ ਹਾਂਜੀ ਹਨਾ ਹਾਂਜੀ ਧੁੰਮੇ ਨੂੰ ਇਦਾਂ ਕਹਿ ਹੋਣਾ ਤੇ ਸਾਨੂੰ ਜੀ ਇੰਨਾ ਕਹਿਣਾ ਪੈਣਾ ਹਾਂਜੀ ਨਹੀਂ ਤਾਂ ਅਸੀਂ ਗੱਲ ਕਿੱਦਾਂ ਕੱਢਾਂਗੇ ਉਹਨਾਂ ਚੋਂ ਹਾਂਜੀ ਠੀਕ ਹੈ ਜਦੋਂ ਗੋਲਡੀ ਉਹਨਾਂ ਕੋਲ ਜਾਣਾ ਹਾਂਜੀ ਫਿਰ ਵੀ ਤੇ ਸਾਨੂੰ ਟਕਸਾਲ ਬਾਰੇ ਚੁੱਪ ਰਹਿਣਾ ਪੈਣਾ ਤਾਂ ਗੱਲ ਕਿੱਦਾਂ ਕੱਢਾਂਗੇ ਹਾਂਜੀ ਦੋਹੀਂ ਪਾਸੀਆਂ ਚਲੇ ਜਾਂਦੇ ਇੱਦਾਂ ਕਰਕੇ ਇਹਨੂੰ ਇਹ ਕਹਿੰਦੇ ਵਿਦਵਾਨ ਓਕੇ ਜੀ ਵੀ ਗਵਲਾ ਜਿਹਾ ਰਹਿਣਾ ਠੀਕ ਹੈ ਨਾ ਉਧਰਲਾ ਨਾ ਉਧਰਲਾ ਠੀਕ ਹੈ ਜੀ ਠੀਕ ਹੈ ਸਪਸ਼ਟ ਗੱਲ ਨਹੀਂ ਕਰਨੀ ਇੱਕ ਪਾਸੇ ਨਹੀਂ ਹੋਣਾ ਗੋਲ ਮੋਲ ਕਰਕੇ ਚੱਲੋ ਠੀਕ ਹੈ ਇਹ ਉਦੋਂ ਕਿ ਉਹਨਾਂ ਦਾ ਸਾਰਾ ਗਰੁੱਪ ਜਿਹੜਾ ਆ ਇੱਦਾਂ ਦਾ ਆਇਆ ਓਕੇ ਇਹ ਸਾਰੇ ਪ੍ਰਟੈਂਡ ਇੱਦਾਂ ਕਰਦੇ ਸੀ ਕਿ ਪੂਲਾ ਜਿਹੜਾ ਦੁਸ਼ਟ ਆ ਉਹ ਇਦਾਂ ਏਜੰਸੀ ਨੇ ਬਾੜਿਆ ਆ ਤੇ ਅਸੀਂ ਉਹਦੇ ਵਿਰੁੱਧ ਕੰਮ ਕਰਦੇ ਹਾਂ ਜੇ ਆ ਬੂਆ ਕੋ ਪਰਿਵਾਰਾਂ ਨੂੰ ਚੱਕਦਾ ਕਰਦਾ ਇਹ ਨਹੀਂ ਦੇਖਦੇ ਵੀ ਜਿੰਨਾ ਨੁਕਸਾਨ ਉਦਾਂ ਟਕਸਾਲ ਨੇ ਕੀਤਾ ਹਾਂਜੀ ਜਿਹੜੀਆਂ ਗਿਆਨੀ ਗੁਰਬਚਨ ਸਿੰਘ ਦੀਆਂ ਗਪੌੜਾਂ ਆ ਹਾਂਜੀ ਉਹੀ ਤਾਂ ਸਿੱਖ ਪੰਥ ਦੀਆਂ ਜੜਾਂ ਚ ਬੈਠੀਆਂ ਬਿਲਕੁਲ ਜੀ ਪਿੰਡਾਂ ਦੇ ਵਿੱਚ ਜਿੰਨਾ ਕਰਮ ਕਾਂਡ ਆ ਹਾਂਜੀ ਉਹਦਾ ਆਧਾਰ ਜਿਹੜਾ ਗੁਰਬਾਣੀ ਪਾਠ ਦਰਸ਼ਨ ਆ ਹਾਂਜੀ ਗੁਰਬਚਨ ਸਿੰਘ ਉਹਦੀ ਕਿਤਾਬ ਆ ਸੰਤੋਖ ਸਿੰਘ ਦਾ ਗ੍ਰੰਥ ਆ ਹਾਂਜੀ ਉਹਦੇ ਬਾਰੇ ਇਹਨਾਂ ਤੋਂ ਅੱਖਰ ਨਹੀਂ ਬੋਲ ਹੁੰਦਾ ਨਹੀਂ ਬੋਲਦਾ ਅੰਦਰੋਂ ਸਾਰਾ ਕੁਝ ਇਹਨਾਂ ਦਾ ਉਹਨਾਂ ਨਾਲ ਤਾਰ ਜੁੜੀ ਹੋਗਾ ਸਿਰਫ ਲੋਕਾਂ ਨੂੰ ਉੱਲੂ ਬਣਾਉਣਾ ਬਚਾਉਣਾ ਫੇਰ ਵੀ ਟਕਸਾਲ ਦਾ ਹੀ ਵਜੂਦ ਆ ਹਾਂ ਠੀਕ ਹੈ ਜੀ ਓਕੇ ਕਰਨ ਆਉਣਾ ਸੀ ਫੋਨ ਆਇਆ ਜੀ ਅਸੀਂ ਕਿਸੇ ਫੈਡਰੇਸ਼ਨ ਦੇ ਤੇ ਦੰਦ ਵੀ ਟਕਸਾਲ ਦੇ ਸਿੰਘ ਬੋਲਦੇ ਆ ਮੈਂ ਕਿਹਾ ਟਕਸਾਲ ਦੇ ਸਿੰਘ ਤਾਂ ਮੈਨੂੰ ਸਾਰੇ ਜਾਣਦੇ ਸਾਰਿਆਂ ਨਾਲ ਬੜਾ ਪਿਆਰ ਆ ਅੱਜ ਭੂਸ਼ੇ ਪੈਂਦੀ ਸਟੇਜ ਤੇ ਚੜ ਕੇ ਵੇਖੀ ਤੇਰੀ ਪੱਗ ਲਾਉਣੀ ਆ ਮੈਂ ਕਿਹਾ ਮਿੱਤਰੋ ਫਿਰ ਮੇਰੀ ਪੱਗ ਤਾਂ ਤੁਸੀਂ ਲਾ ਨਹੀਂ ਸਕਦੇ ਮੈਂ ਬਾਬਾ ਰਣਜੀਤ ਤੋਂ ਢੱਡਰੀਆਂ ਵਾਲਾ ਨਹੀਂ ਜਿਹੜਾ ਰਿੰਮਾਂ ਤੇ ਗੱਡੀ ਭਜਾ ਕੇ ਲੈ ਕੇ ਜਾਊਂਗਾ ਜਾਂ ਤਾਂ ਮੇਰੀ ਲਾਸ਼ ਗੱਡੀ ਚ ਭੇਜ ਦੋਗੇ ਤੇ ਜਾਂ ਮੈਂ ਤੁਹਾਡੀ ਭੇਜ ਦੂੰਗਾ ਡਰਨ ਵਾਲਾ ਤਾਂ ਮੈਂ ਹੁਣ ਆਇਆ ਇਹਦੀ ਹਰਾਮਖੋਰੀ ਹਾਂਜੀ ਠੀਕ ਆ ਹਾਂਜੀ ਹੁਣ ਖੁਸ਼ ਕਰਨਾ ਸੀ ਟਕਸਾਲ ਨੂੰ ਠੀਕ ਆ ਹਾਂਜੀ ਇਸ਼ਾਰਾ ਕੀਤਾ ਜਿਹੜੀ ਬਦਕਾਰ ਹੁੰਦੀ ਨਾ ਹਾਂਜੀ ਠੀਕ ਆ ਉਹ ਇਸ਼ਾਰਾ ਕਰਦੀ ਸੀ ਮੈਂ ਦੱਸਦਾ ਇੱਕ ਵਾਰੀ ਅਸੀਂ ਨਾ ਸਾਡੇ ਪਿੰਡੋਂ ਇੱਦਾਂ ਜਾਂਦੀ ਸੀ ਹਾਂਜੀ ਤੇ ਉਹ ਲਾਗੇ ਸਾਡੇ ਕੋਟਸਥੂਹੀ ਹੈ
ਠੀਕ ਆ ਉੱਥੇ ਨੂੰ ਤੇ ਉਹ ਰਾਹ ਦੇ ਵਿੱਚ ਉਹਨੇ ਏਦਾਂ ਉਹ ਕਹਿੰਦਾ ਏਦਾਂ ਉਹ ਕਹੇ ਵੀ ਮੈਂ ਯਾਰ ਉਹਨੂੰ ਮਿਲਣਾ ਸੀ ਕੁੜੀ ਨੂੰ ਏਦਾਂ ਕਿਸੇ ਨੂੰ ਤੇ ਉਹ ਜਾਂਦਿਆਂ ਤੇ ਏਦਾਂ ਹੁਣ ਮੇਰਾ ਜਿੱਧਰ ਨੂੰ ਮੇਰਾ ਮੂੰਹ ਸੀ ਸਾਈਕਲ ਦੇ ਮੈਂ ਪਿੱਛੇ ਬੈਠਾ ਸੀ ਹਾਂਜੀ ਜਿੱਧਰ ਨੂੰ ਮੇਰਾ ਮੂੰਹ ਸੀ ਉਧਰ ਹਵੇਲੀ ਸੀ ਠੀਕ ਹੈ ਕਿਸੇ ਦੀ ਹਾਂਜੀ ਠੀਕ ਹੈ ਹਾਂਜੀ ਉੱਥੇ ਦੋ ਔਰਤਾਂ ਸੀਗੀਆਂ ਏਦਾਂ ਹਾਂਜੀ ਤੇ ਜਾਂਦੇ ਜਾਂਦੇ ਤੇ ਏਦਾਂ ਉਹ ਕਹਿੰਦਾ ਨਹੀਂ ਚੱਲ ਹੁਣ ਨੀ ਮਿਲ ਹੋਣਾ ਹਾਂਜੀ ਮੈਂ ਕਿਹਾ ਕੀ ਗੱਲ ਹੋਈ ਹਾਂਜੀ ਕਹਿੰਦਾ ਵੀ ਏਦਾਂ ਉਹ ਇਸ਼ਾਰਾ ਕਰ ਦਿੱਤਾ ਉਹਨੇ ਹਾਂਜੀ ਦੇਖਿਆ ਨੀ ਉੱਥੇ ਹਾਂਜੀ ਮੈਂ ਕਿਹਾ ਨਹੀਂ ਵੀ ਇਸ਼ਾਰਾ ਕੀ ਕੀਤਾ ਉੱਥੇ ਦੋ ਜਣੀਆਂ ਪੱਠੇ ਘੁਤਰਦੀਆਂ ਸੀ ਦੋ ਔਰਤਾਂ ਹਾਂਜੀ ਇੱਕ ਔਰਤ ਨੇ ਚੁੰਨੀ ਲਾ ਕੇ ਸਿਰ ਤੋਂ ਏਦਾਂ ਹਾਂਜੀ ਏਦਾਂ ਥੱਲੇ ਰੱਖੀ ਅੱਛਾ ਜੀ ਠੀਕ ਹੈ ਠੀਕ ਹੈ ਮਤਲਬ ਏਦਾਂ ਚੁੰਨੀ ਸੀ ਏਦਾਂ ਹਾਂਜੀ ਏਦਾਂ ਲਾਈ ਹਾਂਜੀ ਏਦਾਂ ਲਾ ਕੇ ਥੱਲੇ ਰੱਖ ਦਿੱਤੀ ਹਾਂਜੀ ਠੀਕ ਹੈ ਹਾਂਜੀ ਉਹਦਾ ਮਤਲਬ ਸੀ ਏਦਾਂ ਜਿਹੜਾ ਇਹ ਇਸ਼ਾਰੇ ਇਹ ਬਦਕਾਰਾਂ ਸਾਂਝੇ ਉਹਨਾਂ ਨੇ ਆਉਂਦੇ ਨੇ ਇਹਨਾਂ ਦੇ ਇਸ਼ਾਰੇ ਹੈ ਠੀਕ ਹੈ ਜੀ ਇਹ ਜਾਣੀ ਇਹ ਬੰਦੇ ਨੇ ਹੁਣ ਇੰਨਾ ਕਹਿ ਕੇ ਉਹਨਾਂ ਨੂੰ ਦੱਸਿਆ ਵੀ ਮੈਂ ਨਹੀਂ ਤਾਂ ਹੁਣ ਅੱਛਾ ਇਹ ਤੋਂ ਬਾਅਦ ਇਹਨੇ ਲਿਖਿਆ ਆਰਟੀਕਲ ਹਾਂਜੀ ਆ ਪੋਸਟ ਪਾਈ ਆ ਹਾਂਜੀ ਇਹ ਪੋਸਟ ਗੋਲਡੀ ਨੇ ਵੀ ਸ਼ੇਅਰ ਕਰ ਦਿੱਤੀ ਹਾਂਜੀ ਮੈਂ ਪੜ੍ਹੀ ਹਾਂਜੀ ਅੱਛਾ ਮੁੜ ਕੇ ਹੁਣ ਇਹ ਵੀ ਕੁੱਤੇ ਖਾਣੀ ਹੋਣੀ ਸ਼ੁਰੂ ਹੋ ਗਈ ਹਾਂਜੀ ਓਬਵੀਅਸ ਆ ਹਾਂਜੀ ਠੀਕ ਆ ਫੋਨ ਗਏ ਧੜਾ ਧੜ ਹਾਂਜੀ ਜਦੋਂ ਮਾਂ ਭੈਣ ਹੋਈ ਤੇ ਪੋਸਟ ਚੱਕ ਦਿੱਤੀ ਆਹ ਵੀਡੀਓ ਚੱਕ ਦਿੱਤੀ ਅੱਛਾ ਜੀ ਠੀਕ ਹੈ ਠੀਕ ਹੈ ਜੀ ਵੀਡੀਓ ਚੱਕ ਕੇ ਤੇ ਇਹਨੇ ਲਿਖੀ ਪੋਸਟ ਫਿਰ ਹਾਂਜੀ ਪੋਸਟ ਦੇ ਵਿੱਚ ਫਿਰ ਗੱਲ ਜਾਣੀ ਜਿੱਥੇ ਜਿੱਦਾਂ ਕਰਨੀ ਆ ਹਾਂਜੀ ਠੀਕ ਆ ਹਾਂਜੀ ਉਹ ਪੋਸਟ ਸੁਣੋ ਤੁਸੀਂ ਜੋ ਇਹ ਕਰ ਰਿਹਾ ਕਹਿੰਦਾ ਭਈ ਸਬਰ ਆਖਰ ਕਦ ਤੱਕ ਹਾਂਜੀ ਪਿੰਡ ਭੂਸ਼ਾ ਵਿਖੇ ਮੇਰੇ ਵੱਲੋਂ ਵਰਤੀ ਗਏ ਤਲਕ ਸ਼ਬਦਾਵਲੀ ਤੋਂ ਬਾਅਦ ਸਾਰਿਆਂ ਸੱਜਣਾਂ ਦੇ ਸੁਨੇਹੇ ਕਿ ਸੁਖਪ੍ਰੀਤ ਤੂੰ ਸਬਰ ਰੱਖ ਆਖਰ ਕਦੋਂ ਤੱਕ ਸਬਰ ਰੱਖਾਂ ਪਿਛਲੇ 21 ਸਾਲ ਤੋਂ ਲਿਖ ਬੋਲ ਰਹੇ ਮੇਰੇ ਵਰਗੇ ਇਨਸਾਨ ਦਾ ਇੱਕ ਹੀ ਨਿਸ਼ਾਨਾ ਸੀ ਕਿ RSS ਵੱਲੋਂ ਸਿੱਖ ਕੌਮ ਦੀ ਵਿਚਾਰਧਾਰਾ ਅਤੇ ਇਤਿਹਾਸ ਅੰਦਰ ਘੁਸਪੈਠ ਕਿਵੇਂ ਕੀਤੀ ਜਾ ਰਹੀ ਹੈ ਇਸ ਨੂੰ ਸਮਝਿਆ ਤੇ ਪਛਾੜਿਆ ਕਿਵੇਂ ਜਾਵੇ ਪਹਿਲੀ ਗੱਲ ਤਾਂ ਇਹ ਹੈ ਸੁਖਪ੍ਰੀਤ ਨੂੰ ਸੁਨੇਹਾ ਦੇ ਦਿਓ ਹਾਂਜੀ ਜਿਹੜੀ ਗੱਲ ਇਹਨੇ ਵੀਡੀਓ ਦੇ ਵਿੱਚ ਕਹੀ ਆ ਵੀ ਮੈਨੂੰ ਫੋਨ ਆਇਆ ਕਹਿੰਦੇ ਅਸੀਂ ਟਕਸਾਲ ਦੇ ਤਾਂ ਫੈਡਰੇਸ਼ਨ ਦੇ ਸਿੰਘ ਬੋਲਦੇ ਹਾਂ ਕੋਈ ਐਸਾ ਗਧਾ ਨਹੀਂ ਹੁੰਦਾ ਜਿਹੜਾ ਫੋਨ ਕਰਕੇ ਇੱਦਾਂ ਕਹੇ ਹਾਂਜੀ ਇੱਕ ਬੰਦਾ ਫੋਨ ਕਰਦਾ ਹੁੰਦਾ ਹਾਂਜੀ ਇੱਦਾਂ ਨਹੀਂ ਹੈਗੀ ਵੀ ਉੱਥੇ ਕੋਈ ਸਟੇਟਮੈਂਟ ਥੋੜੋ ਵੀਡੀਓ ਥੋੜੋ ਬਣਾਈ ਆ ਵੀ ਅਸੀਂ ਟਕਸਾਲ ਦੀ ਜਾਂ ਮਿਲਣ ਜਾਣ ਬੰਦੇ ਪਰਸਨਲੀ ਜਾਣ ਫਿਰ ਉਹ ਕਹਿਣ ਵੀ ਅਸੀਂ ਟਕਸਾਲ ਦੇ ਸਿੰਘ ਆ ਹਾਂਜੀ ਜਿਹੜਾ ਬੰਦਾ ਫੋਨ ਕਰ ਰਿਹਾ ਉਹ ਕਿੱਦਾਂ ਕਹਿੰਦਾ ਵੀ ਅਸੀਂ ਟਕਸਾਲ ਦੇ ਤੇ ਫੈਡਰੇਸ਼ਨ ਦੇ ਸਿੰਘ ਬੋਲਦੇ ਹਾਂ ਹਾਂਜੀ ਏਦਾਂ ਕਰੂਗਾ ਨਹੀਂ ਜੀ ਅਗਲਾ ਪਹਿਲਾਂ ਤਾਂ ਗੱਲਾਂ ਹੀ ਕਰੂਗਾ ਹਾਂਜੀ ਜਿੱਦਾਂ ਦੀ ਧਮਕੀ ਦਿੱਤੀ ਅਗਲੇ ਨੇ ਉਹ ਇਹ ਵੀ ਨਹੀਂ ਕਹੂਗਾ ਕੌਣ ਹੈ ਤੁਹਾਡੇ ਪੁੱਛਣ ਤੋਂ ਬਾਅਦ ਕਹੂਗਾ ਸੁਖਪ੍ਰੀਤ ਨੂੰ ਕਹਿ ਦਿਓ ਵੀ ਜੇ ਕਿਸੇ ਅਸਲੇ ਦਾ ਹੈਗਾ ਆ ਇਹ ਨਹੀਂ ਅਸੀਂ ਮੰਨਦੇ ਤੇ ਤੇਰੇ ਵਰਗਾ ਬੰਦਾ ਜਿਹੜਾ 21 ਸਾਲ ਤੋਂ RSS ਦੇ ਵਿਰੁੱਧ ਕੰਮ ਕਰ ਰਿਹਾ ਆ ਉਹਨੂੰ ਪਹਿਲੀ ਵਾਰ ਧਮਕੀ ਆਈ ਹੋਵੇ ਇਹ ਨਹੀਂ ਹੋ ਸਕਦਾ ਠੀਕ ਆ ਇਹ ਨਹੀਂ ਹੋ ਸਕਦਾ ਵੀ ਪਹਿਲਾਂ ਆਈਆਂ ਧਮਕੀਆਂ ਤੇ ਪੁਲਿਸ ਰਿਪੋਰਟ ਨਾ ਕੀਤੀ ਹੋਵੇ ਕਦੇ ਵੀ ਠੀਕ ਹੈ ਜੀ ਕਿਉਂਕਿ ਇੱਦਾਂ ਹਥਿਆਰ ਰੱਖ ਕੇ ਘੁੰਮਣਾ ਪੁਲਿਸ ਇੱਦਾਂ ਥੋੜੋ ਵੀ ਇੱਦਾਂ ਕਿਸੇ ਨੂੰ ਵੀ ਕਰ ਤੂੰ ਗੁੰਡਿਆਂ ਨੂੰ ਫਿਰੀ ਜਾ ਉਹਦੇ ਲਈ ਦੱਸਣਾ ਹੀ ਪੈਂਦਾ ਨਾ ਮੇਰਾ ਪ੍ਰੋਬਲਮ ਆ ਹਾਂਜੀ ਠੀਕ ਹੈ ਨਾ ਹੁਣ ਇਹ ਨਹੀਂ ਹੋ ਸਕਦਾ ਜਿਸ ਬੰਦੇ ਨੂੰ 21 ਸਾਲ RSS ਦੇ ਵਿਰੁੱਧ ਕੰਮ ਕਰਦੇ ਨੂੰ ਹੋ ਗਏ ਉਹ ਕਾਲ ਰਿਕਾਰਡ ਨਾ ਕਰਦਾ ਹੋਵੇ ਓਕੇ ਜੀ ਇਹ ਮੰਨਣਾ ਬਹੁਤ ਔਖਾ ਹੈ ਸਾਡੇ ਲਈ ਠੀਕ ਹੈ ਜੀ ਜਿਸ ਬੰਦੇ ਨੇ ਇੱਦਾਂ ਹਥਿਆਰ ਰੱਖ ਕੇ ਏਡੀ ਵੱਡੀ ਹੁਣ ਢੱਡੀਆਂ ਵਾਲੇ ਤੇ ਜਿੱਡੀ ਛਬੀਲ ਲੱਗੀ ਆ ਉਹਨਾਂ ਨੂੰ ਚੈਲੰਜ ਕਰ ਰਿਹਾ ਆ ਤੇ ਮੈਂ ਉਹ ਨਹੀਂ ਹੈਗਾ ਹਾਂਜੀ ਠੀਕ ਹੈ ਉਹਨਾਂ ਨੂੰ ਤਾਂ 20 ਬੰਦੇ ਰੱਖਣੇ ਪੈ ਗਏ ਨਾਲ ਹਾਂਜੀ ਠੀਕ ਹੈ ਤੂੰ ਜਾਣੀ ਤੂੰ ਬਿਨਾਂ ਰਿਕਾਰਡ ਕਰਨੇ ਤੋਂ ਛੱਡ ਦਿੱਤਾ ਹੋਊਗਾ ਉਹਨੂੰ ਭਈ ਉਹ ਜਿਹੜੀ ਗੱਲ ਜਿੱਦਾਂ ਇਹਨੇ ਅੱਗੇ ਕਹੀ ਇੱਕ ਤਾਂ ਉਹ ਕਾਲ ਜਿਹੜੀ ਆ ਉਹ ਰਿਕਾਰਡ ਹੋਈਓ ਉਹ ਨਸ਼ਰ ਕਰੇ ਠੀਕ ਹੈ ਦੂਜੀ ਗੱਲ ਆਹ ਜਿਹੜੀ ਕਹਿੰਦਾ ਆ ਵੀ ਪਿਛਲੇ 21 ਸਾਲ ਤੋਂ ਲਿਖ ਬੋਲ ਰਿਹਾ ਮੇਰੇ ਵਰਗੇ ਇਨਸਾਨ ਦਾ ਇੱਕੋ ਹੀ ਨਿਸ਼ਾਨਾ ਸੀ ਤੇ RSS ਵੱਲੋਂ ਸਿੱਖ ਕੌਮ ਦੀ ਵਿਚਾਰਧਾਰਾ ਤੇ ਇਤਿਹਾਸ ਅੰਦਰ ਘੁਸਪੈਠ ਕਿਵੇਂ ਕੀਤੀ ਜਾ ਰਹੀ ਇਹਨੂੰ ਸਮਝਿਆ ਤੇ ਪਛਾੜਿਆ ਕਿਵੇਂ ਜਾਵੇ ਪੰਥ ਵਿਰੋਧੀ ਤੱਤਾਂ ਦੀ ਸ਼ਨਾਖਤ ਕਿਵੇਂ ਕੀਤੀ ਜਾਵੇ ਇਤਿਹਾਸ ਦੀ ਗਲਤ ਬਿਆਨੀ ਨੂੰ ਕਿਵੇਂ ਠੱਲ ਪਾਈ ਜਾਵੇ ਇਹ ਜਿਹੜੀਆਂ ਗੱਲਾਂ ਜੇ ਤੈਨੂੰ ਇੰਨਾ ਭਾਈ ਦਰਦ ਆ ਤੇਰੇ ਸਾਹਮਣੇ ਸੰਤੋਖ ਸਿੰਘ ਦਾ ਗ੍ਰੰਥ ਆ
ਹਾਂਜੀ ਉਹਦੇ ਬਾਰੇ ਕਹਦੇ ਤਾਂ ਠੋਕ ਕੇ ਭੇਗਾਂ ਦੇ ਆਹੋ ਲਿਖਿਆ ਉਹਦੇ ਆਧਾਰਿਤ ਗੁਰਬਾਣੀ ਪਾਠ ਦਰਸ਼ਨ ਆ ਹਾਂਜੀ ਉਹਦੇ ਬਾਰੇ ਦੋ ਅੱਖਰ ਕਹਦੇ ਤਾਂ ਭੇਗਾਂ ਦਾ ਜਿੱਦਣ ਟਕਸਾਲ ਦਾ ਗੰਦ ਨਿਕਲ ਗਿਆ ਆਰ ਐਸ ਐਸ ਦੀ ਐਸੀ ਤੈਸੀ ਮੈਂ ਕਿਹਾ ਆਰ ਐਸ ਐਸ ਦੇ ਬਾਪ ਦਾ ਬਾਪ ਵੀ ਆ ਜਾਏ ਹਾਂਜੀ ਉਹ ਵੜ ਕੇ ਦਿਖਾਲੇ ਕਿਤੇ ਠੀਕ ਹੈ ਜੀ ਅਸੀਂ ਨਿਊਜ਼ੀਲੈਂਡ ਚ ਗੁਰਦੁਆਰੇ ਦਾ ਪ੍ਰਬੰਧ ਕਰਦੇ ਹਾਂ ਹਾਂਜੀ ਕੋਈ ਗ੍ਰੰਥੀ ਕੋਈ ਕਥਾਕਾਰ ਕੋਈ ਆਰ ਐਸ ਐਸ ਹਾਂਜੀ ਕੋਈ ਟਕਸਾਲੀ ਕੋਈ ਬੰਦਾ ਕੋਈ ਕਰਮਕਾਂਡ ਲਿਆ ਕੇ ਗੁਰਦੁਆਰੇ ਚ ਵੜ ਕੇ ਦਿਖਾਲੇ ਨਹੀਂ ਕਰ ਸਕਦਾ ਇੰਟਰਫੇਅਰ ਕਰ ਹੀ ਨਹੀਂ ਸਕਦਾ ਜੀ ਕੋਈ ਅੱਖਰ ਦੋ ਅੱਖਰ ਬੋਲ ਕੇ ਦਿਖਾ ਦੇਵੇ ਸਟੇਜ ਦੇ ਉੱਤੇ ਸਾਡੀ ਤੇ ਹਾਂਜੀ ਸੰਗਤ ਨੂੰ ਪਤਾ ਇਸ ਗੱਲੋਂ ਅਵੇਅਰ ਆ ਉਹ ਬਾਕੀ ਜਿਹੜੇ ਬੰਦੇ ਇੱਕ ਪਿੱਛੇ ਉੱਥੋਂ ਸਟੁੱਟਗਾਰਟ ਗੁਰਦੁਆਰਾ ਜਰਮਨ ਵਿੱਚ ਠੀਕ ਹੈ ਜੀ ਉੱਥੋਂ ਇੱਕ ਵੀਰ ਦਾ ਫੋਨ ਆਇਆ ਸੀਗਾ ਹੁਣ ਉਹ ਕਹਿੰਦੇ ਵੀ ਇੱਥੇ ਕੋਈ ਬੰਦਾ ਨਹੀਂ ਬੋਲ ਸਕਦਾ ਹੁਣ ਜਿਹੜੀਆਂ ਇੱਦਾਂ ਦੀਆਂ ਕਮੇਟੀਆਂ ਆ ਉੱਥੇ ਆਰ ਐਸ ਐਸ ਕੀ ਕਰ ਲੂਗੀ ਕੁਛ ਨਹੀਂ ਕਰ ਸਕਦੀ ਹੁਣ ਜਿੱਥੇ ਟਕਸਾਲ ਬੈਠੀ ਆ ਉੱਥੇ ਆਰ ਐਸ ਐਸ ਨੂੰ ਲੋੜ ਕੀ ਆ ਜੇ ਉਦੋਂ ਕੇ ਜਿੱਥੇ ਬੈਠਾ ਆ ਉੱਥੇ ਆਰ ਐਸ ਐਸ ਨੂੰ ਲੋੜ ਕੀ ਆ ਜਿਹੜੀਆਂ ਗੱਲਾਂ ਉਹ ਚਾਹੁੰਦੀ ਆ ਤੇ ਸਿੱਖਾਂ ਦੇ ਵਿੱਚ ਖਲਲ ਪੈ ਜਾਏ ਖਲਾਰਾ ਪਾ ਦਿਓ ਉਹ ਉਦੋਂ ਕੇ ਲਿਆ ਕੇ ਕੱਢ ਕੇ ਦੱਸਦਾ ਲੋਕਾਂ ਨੂੰ ਠੀਕ ਹੈ ਜੀ ਜਿਹੜੀਆਂ ਪੁਰਾਣੀਆਂ ਹੋ ਜਾਂਦੀਆਂ ਉਹਨਾਂ ਨੂੰ ਪਤਾ ਆ ਇੰਨੀਆਂ ਜ਼ਰੂਰੀ ਆ।